दीनानगर से राजेश लूना धारीवाल की रिपोर्ट। मसीह सभा की ओर से क्रिसमस को समर्पित पहला इंटरनेशनल कबड्डी कप करवाया गया। गांव फैजोला चक धारीवाल में बहुत ही शानदार तरीके से करवाया गया कबड्डी मैच, जिसमें अलग अलग ज़िलों और शहरों से आए हुए खिलाड़ियों ने बढ़ चढ़ कर हिस्सा लिया। खुशियां के नाल अपने घर वापस जान इन्हां दे रूह जिस्म जान नूं मैं तुहाडे हाथ विच दे दिंदा हां। इन्हां दीआं हड्डियां नूं इन्हां दे जोड़ां नूं वी तुहाडे हाथ विच दे दिंदा प्रभु जी। यही प्रार्थना दे द्वारा इन्हां नूं एक होर ही शक्ति मिले प्रभु। इन्हां बच्चिआं वास्ते बच्चे सत्संग वास्ते होली बच्ची खुदावन जिन्हों का नाम मैं नहीं जानता इस नगर के सारे भैन भरावान लिए जिन्हों के सहयोग के नाल एक बड़ा वड्डा अपराधा किया गया एक बड़ी कप जिहड़ा बड़े दिन नूं समर्पित करदा है। सो अज इस शहर इस सुन विच ते देखण विच पहली बार आया प्रभु करे अज की शुरुआत है। आन वाले दिनों विच होर भी टीमां आणगियां होर भी लोग आउणगे इस कबड्डी दा जां कोई भी खेड होवे उहदा आनंद माणगे। प्यारे खुदा इन्हां बच्चियां दे साथ बरकत दू खुदा वल्ला आई हुई सारी संगत को बरकत दू अपने हाथ च लो धन्यवाद है। मेरी प्रार्थना सुनिया साडे पुत्र यीशु मसीह के नाम च मंगते हैं। आमीन आमीन। हालेलुया 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 हालेलुया। कबड्डी कप दे बारे तुहाडे की संदेश की है नौजवानां नूं? देखो गल है कि पंजाब दे विच एक खेड़ा मेले साडे संस्कृतिक मेले और एक बड़ा हैरीटेज पंजाब दा जिहड़ा एक बड़ा रिच हैरीटेज आ जिहदे विच कबड्डी दा बहुत नुमाया जगह कबड्डी दी। और पिछले समय दौरान जदों सरकारां रहियां अकालियां दी खास तौर पर ਕਹਿੰਦੇ ਤੇ ਬਹੁਤ ਰਹਿ ਗਏ ਅਸੀਂ ਕਬੱਡੀ ਮੈਚ ਖਿਡਾ ਰਹੇ ਹਾਂ ਵਰਲਡ ਕੱਪ ਜੇ ਉਹ ਸੁਖਬੀਰ ਬਾਦਲ ਉਹਨਾਂ ਨੇ ਬੜੇ ਲੁਧਿਆਣੇ 'ਚ ਕਰਾਏ ਔਰ ਬੜਾ ਹਾਈਪ ਉਹਨੂੰ ਦਿੱਤਾ ਬਾਲੀਵੁੱਡ ਸਟਾਰਸ ਵੀ ਸੱਦੇ ਲੇਕਿਨ ਜੋ ਪਰਦੇ ਦੇ ਪਿੱਛੇ ਕਰਦੇ ਰਹੇ ਨੇ ਨੈਰਕੋਟਿਕਸ ਦਾ ਧੰਦਾ ਇਹ ਦੋਵੇਂ ਚੀਜ਼ਾਂ ਮੇਲ ਨਹੀਂ ਖਾਂਦੀਆਂ। ਇੱਕ ਬੰਨੇ ਤੁਸੀਂ ਪੰਜਾਬ ਦੀ ਯੂਥ ਦੇ ਨਸਾਂ ਦੇ ਵਿੱਚ ਚਿੱਟਾ ਦੌੜਾ ਰਹੇ ਹੋ ਡਰੱਗਸ ਵਧਾ ਰਹੇ ਹੋ ਔਰ ਕਹਿਣ ਵਾਸਤੇ ਤੁਸੀਂ ਕਹਿੰਦੇ ਹੋ ਜੀ ਅਸੀਂ ਖੇਡਾਂ ਨੂੰ ਪ੍ਰਮੋਟ ਕਰ ਰਹੇ ਹਾਂ ਪੰਜਾਬੀ ਸਪੋਰਟ ਨੂੰ ਪ੍ਰਮੋਟ ਕਰ ਰਹੇ ਹਾਂ ਤੇ ਇਹ ਪਿੱਛੇ ਬਹੁਤ ਇੱਕ ਬਦਕਿਸਮਤੀ ਰਹੀ ਆ। ਲੇਕਿਨ ਮੈਂ ਇਹ ਸਮਝਦਾ ਹਾਂ ਕਿ ਜੋ ਇਹ ਐਫਰਟ ਇਹ ਲੋਕਲ ਲੈਵਲ 'ਤੇ ਪਿੰਡ ਲੈਵਲ 'ਤੇ ਖਾਸ ਤੌਰ 'ਤੇ ਅੱਜ ਜੋ ਇਹਨਾਂ ਨੇ ਕੀਤਾ ਹੈਗਾ ਵਾ ਜਿਹੜਾ ਕ੍ਰਿਸਮਸ ਫਸਟ ਇੰਟਰਨੈਸ਼ਨਲ ਕ੍ਰਿਸਮਸ ਟੂਰਨਾਮੈਂਟ ਕਰਾਇਆ ਕਬੱਡੀ ਦਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਸ਼ਲਾਘਾਯੋਗ ਕਦਮ ਹੈਗਾ। ਅੱਛਾ ਸਰ, ਜਿਵੇਂ ਕਿ ਹੁਣ ਮੌਜੂਦਾ ਸਰਕਾਰ ਕਾਂਗਰਸ ਸਰਕਾਰ ਅਤੇ ਜਿਹੜੇ ਪਿਛਲੇ ਸਮਿਆਂ ਦੌਰਾਨ ਜਿਹੜੇ ਟੂਰਨਾਮੈਂਟ ਹੋਏ ਨੇ ਕਬੱਡੀ ਟੂਰਨਾਮੈਂਟ, ਕੀ ਕਾਂਗਰਸ ਵੀ ਕੁਛ ਐਸੇ ਉਪਰਾਲਿਆਂ ਨੂੰ ਲੈ ਕੇ ਆ ਰਹੀ ਹੈ? ਕਾਂਗਰਸ ਸਿਰਫ ਕਬੱਡੀ ਨਹੀਂ, ਕਾਂਗਰਸ ਤਾਂ ਪੰਜਾਬ ਦੇ ਹਰ ਯੂਥ ਨੂੰ ਪਹਿਲਵਾਨ ਬਣਾਉਣਾ ਚਾਹੁੰਦੀ ਹੈ ਔਰ ਤਕੜਿਆਂ ਕਰਨਾ ਚਾਹੁੰਦੀ ਹੈ ਔਰ ਕਾਂਗਰਸ ਦੀ ਇੰਟੈਂਸ਼ਨ ਬਿਲਕੁਲ ਕਲੀਅਰ ਨੇ ਸਾਡੇ ਚੀਫ ਮਿਨਿਸਟਰ ਸਾਹਿਬ ਦੀਆਂ ਕੈਪਟਨ ਅਮਰਿੰਦਰ ਸਿੰਘ ਦੀਆਂ ਕਿ ਪੰਜਾਬ ਨੂੰ ਦੁਬਾਰਾ ਉਹਨਾਂ ਹੀ ਲੀਹਾਂ 'ਤੇ ਲਿਆਉਣਾ ਵਾ ਜਿੱਥੇ ਕਿ ਹਰ ਇੱਕ ਖਿੱਤੇ ਦੇ ਵਿੱਚ ਚਾਹੇ ਉਹ ਸਪੋਰਟਸ ਦਾ ਹੋਏ ਚਾਹੇ ਉਹ ਬਿਜ਼ਨਸ ਦਾ ਹੋਏ ਟ੍ਰੇਡਿੰਗ ਦਾ ਹੋਏ ਖੇਤੀ ਦਾ ਹੋਏ ਉਹ ਪੰਜਾਬ ਦੁਬਾਰਾ ਸਿਰ ਕੱਢਵਾਂ ਸੂਬਾ ਜਿਹੜਾ ਵਾ ਉਹ ਬਣੇ। ਖੇਡਾਂ ਨਾਲ ਕਿ ਨੌਜਵਾਨ ਨਸ਼ੇ ਤੋਂ ਦੂਰ ਰਹਿਣ
ਤੇ ਨੌਜਵਾਨ ਪੜ੍ਹਾਈ ਵੱਲ ਖਿਆਲ ਦੇਣ, ਗਾਂ ਆਪਣੇ ਆਪ ਨੂੰ ਮਤਲਬ ਕ੍ਰਿਸਮਿਸ ਇਸ ਤਰ੍ਹਾਂ ਸੈਲੀਬ੍ਰੇਟ ਕਰਦੇ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਆ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਉਟਾਸਰਾ ਲੈਂਦੇ ਹੋਏ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦੀ ਗੱਲ ਕਰਨ ਜਾ ਰਿਹਾ ਪ੍ਰਭੂ ਯਸੂ ਮਸੀਹ ਨੂੰ ਯਾਦ ਕਰਦੇ ਹੋਏ ਮੇਰੇ ਵੀਰੋ ਪਰਮੇਸ਼ਰ ਨੂੰ ਯਾਦ ਕਰਾਂਗਾ ਕਿ ਅਗਲਾ ਪ੍ਰੋਗਰਾਮ ਜੋ ਗਰਾਉਂਡ ਦਾ ਹੈ ਉਹਨੂੰ ਲੀਡ ਕਰਨ ਸਰਬਜੀਤ ਸਿੰਘ ਜੀ ਪੱਟਾ ਜੀ ਮਿਹਰਬਾਨੀ ਕਰਕੇ ਆਪਣੇ ਕੰਮ ਨੂੰ ਸੰਭਾਲੋ ਔਰ ਆਵਾਜ਼ ਦਿਓ ਕਿ ਸਾਡੀਆਂ ਅੱਜ ਦੀਆਂ ਮੁੱਖ ਟੀਮਾਂ ਜਿੰਨੀ ਸੋਹਣੀ ਗਰਾਊਂਡ ਉਨੀ ਸੋਹਣੀ ਸਾਡੀ ਹੈ ਇਸ ਸਰੀਰ ਦੇ ਵੀਰੇ ਨੇ ਆਪਾਂ ਰਾਤੀ 100 ਵਜੇ ਦਾ ਇਹ ਤੰਦਾਂ ਦੇ ਨਾਲ ਮੇਰੇ ਵੀਰੋ ਏਕਾ ਚਾਚੇ ਦਿਖਾ ਰਿਹਾ ਆਪਣੇ ਤੰਦ ਚੀਰ ਦੀ ਕੰਧ ਜਿਹੀ ਮਜ਼ਬੂਤੀ ਹੈ ਰਾਤੀ ਤੰਦਾਂ ਦੀ ਟੱਕਰ ਜਿਹੜੀ ਹੈ ਉਹ ਦਿਖਾ ਰਿਹਾ ਤੇ ਪੰਜਾਬ ਦੇ ਖੇਡ ਮੇਲਿਆਂ ਦੀ ਸਾਰ ਵਰਦਾ ਹੈ ਮੇਰੇ ਵੀਰੋ ਛੋਟੀ ਦਾ ਮੈਚ ਕਬੱਡੀ ਦਾ ਖੇਡ ਮੈਦਾਨ ਦੇ ਵਿੱਚ ਸਾਰੀਆਂ ਜ਼ੋਰਦਾਰ ਹੈ ਸਾਰੀਆਂ ਆਪਣੀ ਟੀਮ ਦੇ ਲਈ ਜੋੜਦੇ ਹੋਏ ਬਹੁਤ ਹੀ ਵਧੀਆ ਅੰਕ ਆਪਣੀ ਟੀਮ ਦੇ ਲਈ ਜੋੜਦੇ ਹੋਏ ਅੱਜ ਚੋਟੀ ਦਾ ਮੈਚ ਕਬੱਡੀ ਦਾ ਜਿਹੜਾ ਹੈ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਜਿੰਨੀਆਂ ਵੀ ਮਾਨ ਕਾਲੀ ਸਾਰੀ ਵਾ ਇੱਕ ਪੰਜਵਾਂ
सब जने तालियां नाल स्वागत करांगे जी, तालियां। हां जी, नाम बोलो। बलजिंदर लालोवाल जी, नौजवानों नूं की संदेश है? देखो, साडा संदेश ते पंजाब दे नौजवानी नूं नशे दी लत तों दूर करन लई हर बंदे दा फर्ज बनता भी असी अपने नौजवानों नूं जिस तरीके नाल साडे मसीह भाईचारा ने सैमसन जी ने ए प्रोग्राम आयोजित कीता फैसला चक दे इस तरीके दे पिंडा दे विच प्रोग्राम होने चाहिदे ने। और मैं एक गल कहना चाहना भी सुखबीर सिंह बादल दा कोई दिन पहले एक बयान आया सीगा भी जी वर्ल्ड कबड्डी कप जिहड़ा सी ना असी अकाली दल नाल ही सीमित रह गया ते वर्ल्ड कबड्डी कप जिहड़ा फरदर लैके नहीं अगे कोई जा रहा कोई खिडा नहीं रहा। मैं दसना चाहना सुखबीर सिंह बादल नूं भी वर्ल्ड कबड्डी कप जिहड़ी एक फेडरेशन है असी वर्ल्ड कबड्डी फेडरेशन जिहड़ी है जिहड़ी यूएनओ दे विच जिहड़ी रजिस्टर्ड है ओ फेडरेशन असी चला रहे हैं और उस फेडरेशन दे विच असी वर्ल्ड कबड्डी लीग मैचेस करा रहे हैं जिहड़े कि जलंधर तो मार्च की 3 तरीक तो शुरू होंगे ते 21 मार्च नूं फाइनल मोहाली च खेडिया जाएगा और उहदे विच वर्ल्ड ओवर तो अमेरिका तो कैनेडा तो इंग्लैंड तो बाकी देशां तो और साडी कोशिश कबड्डी टूर्नामेंट होया सर इहदे बारे तुहानूं नौजवानां नूं की संदेश है ताकि फसवे मैच होण ते असल जिहड़ा वर्ल्ड कबड्डी कप है ओह खेडिया। प्रेजिडेंट ऑफ पंजाब, मेरा सुझाव सर इह कि असीं नौजवानां नूं वध तों वध उत्साह करना चाहीदा वा। इह जो साडे पिंड विच पहला कबड्डी कप टूरनामेंट होया है तो ये उत्साह नाल ही साढ़े जिन्हें भी नौजवान मुंडे इन्होंने साडा साथ दिता है तो आने वाले समय में असी वध तो वध इहदा उपराला करके इनू अगे लेके जावांगे अते नशियां तो रहत जो भी है ये बच्चियां नूं सिक्ख्या देवांगे ताकि जो आने वाला भविख है बच्चे नौजवान पीढ़ी है ये अगे सुधर सके नशियां तो दूर रह सके अपनी पढ़ाई लिखाई विच